ਚਲੋ ਵੀ ਦੋਸਤੋ ਤੁਸੀਂ ਦੇਖੋ ਜਦ ਤੱਕ ਬਾਹਰ ਦਾ ਵਿਊ ਤੇ ਤੁਹਾਨੂੰ ਅੱਜ ਲੈ ਕੇ ਇੱਕ ਜਗ੍ਹਾ ਹੋਰ ਲੈ ਕੇ ਚੱਲਦੇ ਆ ਉਹ ਹੈਗਾ ਜੀ ਹਾਲੈਂਡ ਤੇ ਜਰਮਨ ਦਾ ਬਾਰਡਰ ਤੇ ਇੱਕ ਬਾਰਡਰ ਤੁਹਾਨੂੰ ਪਹਿਲਾਂ ਵੀ ਦਿਖਾਇਆ ਤੇ ਇੱਕ ਬਾਰਡਰ ਤੁਸੀਂ ਆ ਵੀ ਦੇਖਿਓ ਤੇ ਜਦ ਤੱਕ ਤੁਸੀਂ ਦੇਖੋ ਬਾਹਰ ਦਾ ਵਿਊ ਅੱਜ ਨਾ ਬੱਸ ਆਪਣੀ ਫਲੈਕਸ ਬੱਸ ਸੀਗੀ ਇੰਗਲੈਂਡ ਨੂੰ ਜਾਣਾ ਸੀ ਉਹ ਸਾਡੀ ਬੱਸ ਟਿਕਟ ਹੋ ਗਈ ਮਿਸ ਅਤੇ ਮੈਂ ਹੁਣ ਦਾਤਾ ਜੀ ਨਾਲ ਫਿਰ ਇੱਧਰ ਅਸੀਂ ਆ ਗਏ ਹਾਂ ਜੀ ਕਿਹਾ ਚੱਲ ਇਹ ਕਹਿੰਦੇ ਚੱਲ ਇੱਕ ਹੋਰ ਤੈਨੂੰ ਬਾਰਡਰ ਦਿਖਾ ਕੇ ਲਿਆਉਂਦੇ ਹਾਂ ਜਰਮਨ ਅਤੇ ਹੋਲੈਂਡ ਦਾ ਹੈ ਨਾ ਹੁਣ ਆਹ ਜਿਹੜੀ ਰੋਡ ਚਮਕਦੀ ਹੋਣੀ ਆ ਉਹ ਜਿਹੜੀ ਰੋਡ ਆ ਇਹ ਹੈਗੀ ਆ ਜੀ ਪਰਲੇ ਪਾਸੇ ਜਰਮਨ ਅਤੇ ਇੱਧਰ ਹੈਗਾ ਹੋਲੈਂਡ ਇਹ ਚਾਚਾ ਜੀ ਇੱਧਰ ਆ ਲੱਗਾ ਜੀ ਨੀਦਰਲੈਂਡ ਦਾ ਬੋਰਡ ਤੇ ਆ ਆਇਆ ਜੀ ਬੱਸ ਬਾਰਡਰ ਤੇ ਆਪਣੇ ਤਾਰਾ ਆਪਣੇ ਤਾਂ ਜੇ ਕੋਈ ਉਧਰੋਂ ਕਬੂਤਰ ਵੀ ਆ ਜਾਵੇ ਨਾ ਤਾਂ ਵੀ ਟੀਵੀ ਤੇ ਖਬਰਾਂ ਚੱਲਦੀਆਂ ਹੁੰਦੀਆਂ ਪਾਕਿਸਤਾਨ ਵੱਲੋਂ ਆਇਆ ਕਬੂਤਰ ਤੁਸੀਂ ਦੇਖ ਲਓ ਕੋਈ ਕਬੂਤਰ ਹੁਣ ਕਬੂਤਰ ਨੂੰ ਥੋੜਾ ਰੋਕ ਸਕਦੇ ਜਾਂ ਪੰਛੀਆਂ ਨੂੰ ਥੋੜਾ ਰੋਕ ਸਕਦੇ ਇੱਧਰ ਉੱਧਰ ਆਉਣ ਤੋਂ ਲੋਕਾਂ ਨੇ ਤਾਂ ਤਾਰ ਲਾ ਦਿੱਤੀ ਹੈ ਨਾ ਅਤੇ ਆਪਣੇ ਜੇ ਉਹ ਵੀ ਕੋਈ ਕਬੂਤਰ ਵੀ ਆ ਜਾਵੇ ਪਾਕਿਸਤਾਨ ਦਾ ਤਾਂ ਵੀ ਖਬਰਾਂ 'ਚ ਖਬਰਾਂ ਬਣ ਜਾਂਦੀਆਂ ਕਿਆ ਲਓ ਜੀ ਆ ਆਇਆ ਬਾਰਡਰ ਅਤੇ ਉਹ ਸਾਹਮਣੇ ਦੇਖੋ ਜੀ ਇੱਧਰ ਇਕਲਾ ਬਿਲਕੁਲ ਜੀ ਆਹ ਆਹ ਹੈਗੀ ਬਾਰਡਰ ਲਾਈਨ ਇਹ ਦੇਖ ਲਓ ਜੀ ਇਹ ਬਾਰਡਰ ਆ ਜੀ ਜਰਮਨ ਅਤੇ ਹੋਲੈਂਡ ਦਾ ਯੂਰਪ ਦੇ ਵਿੱਚ ਬਹੁਤ ਸਾਰੇ ਜਿੱਦਾਂ ਦਿਮਾਗ 'ਚ ਆਉਂਦਾ ਹੋਣਾ ਵੀ ਕਿਤੇ ਇਹਨਾਂ ਕੰਟਰੀਆਂ 'ਚ ਇੱਕ ਦੂਜੇ ਜਾਣ ਲਈ ਹੈ ਨਾ ਕਈਆਂ ਦੇ ਦਿਮਾਗ 'ਚ ਆਉਂਦਾ ਵੀ ਬਾਰਡਰ 'ਤੇ ਕੋਈ ਚੈਕਿੰਗ ਹੁੰਦੀ ਆ ਜਾਂ ਨਹੀਂ ਹੁੰਦੀ ਆ ਆਹ ਲਓ ਜੀ ਇੱਥੇ ਕੋਈ ਚੈਕਿੰਗ ਪੁਆਇੰਟ ਨਹੀਂ ਹੈਗਾ ਕੋਈ ਕੁਛ ਨਹੀਂ ਹੈਗਾ ਤੁਸੀਂ ਬਾਰਡਰ ਕ੍ਰੋਸ ਕਰਕੇ ਜਿੱਦਾਂ ਮਰਜ਼ੀ ਇੱਧਰ ਉੱਧਰ ਜਾ ਸਕਦੇ ਹਾਂ ਹਾਂ ਉਹ ਦੇਖੋ ਜੀ ਹੁਣ ਉਹ ਸਾਹਮਣੇ ਦੋ ਕੰਟਰੀਆਂ 'ਚ ਖੜ੍ਹਾ ਇੱਕ ਲੱਤ ਇੱਧਰ ਜਿਹੜੀ ਇਹਨੇ ਸੱਜੀ ਲੱਤ ਆ ਉਹ ਹੈਗੀ ਆ ਜਰਮਨ 'ਚ ਜਿਹੜੀ ਖੱਬੀ ਲੱਤ ਆ ਉਹ ਹੈਗੀ ਹੋਲੈਂਡ ਦੇ ਵਿੱਚ ਹਾਂ ਆ ਲਓ ਜੀ ਫਿਰ ਬੋਰਡ ਇੱਕ ਵਾਰੀ ਫਿਰ ਦਿਖਾ ਦਈਏ ਅਤੇ ਲਓ ਜੀ ਆਹ ਪਿੱਛੇ ਫਿਰ ਦਿਖਾ ਦੇਵਾਂ ਇੱਕ ਵਾਰੀ ਆਹ ਪਿੱਛੇ ਹੈਗਾ ਜਰਮਨ ਠੀਕ ਹੈ ਜੀ ਅਤੇ ਆਹ ਹੈਗੀ ਆ ਬਾਰਡਰ ਲਾਈਨ ਅਤੇ ਉਹ ਇੱਧਰ ਹੈਗਾ ਨੀਦਰਲੈਂਡ ਅਤੇ ਇੱਥੇ ਨਾ ਗੋਰੇ ਹੈਲੋ ਇੱਥੇ ਗੋਰੇ ਸਾਈਕਲ ਬਹੁਤ ਜ਼ਿਆਦਾ ਚਲਾਉਂਦੇ ਆ ਬਈ ਸਿਆਣੇ ਸਿਆਣੇ ਬੰਦੇ ਵੀ ਮੈਂ ਕਹਿੰਦਾ ਸਾਈਕਲ ਦੀ ਉਹ ਨਾ ਰੇਲ ਬਣਾਉਂਦੇ ਆ ਗੱਲਾਂ ਹੀ ਜਾਣਦੇ ਅਤੇ ਆ ਜਾਓ ਤੁਹਾਨੂੰ ਦੋ ਚਾਰ ਗੱਲਾਂ ਹੋਰ ਜਰਮਨ ਬਾਰੇ ਕਰਦੇ ਹਾਂ ਚੱਲਦੇ ਹਾਂ ਵਾਪਸ ਅਤੇ ਦਿਖਾਉਂਦੇ ਤੁਹਾਨੂੰ ਇੱਕ ਅੱਧਾ ਜਰਮਨ ਦਾ ਹੋਰ ਪਿੰਡ ਆ ਵੀ ਇੱਧਰ ਨਾ ਵਾਰਡ ਜੇ ਕਹਿਤੀ ਹੋਇਆ ਇਹ ਘੋੜਿਆਂ ਦਾ ਅੱਛਾ ਅੱਛਾ ਘੋੜਿਆਂ ਦਾ ਘੋੜੇ ਛੱਡਦੇ ਆ ਤਾਰਾਂ ਲਾਈਆਂ ਨਾ ਬਿਜਲੀ ਆ
अच्छा इन तारां दे विच बैटरी ला दिंदे हां हां ते जानवर बाहर नहीं निकलना। अच्छा वो मतलब हल्का जहा करंट पैंदा होना लगदा हां हां पता लग गया भी इत्थे करंट आ। सही है सही है सही है। जड़ी बूटियां दवाइयां बनाउंदे आ। अच्छा सही है। चलो कोई नहीं बाकी चलना मैसेज दी पंजाबियों नूं भी तुसीं भी इन्ने रुख लाओ जिन्ने इत्थे लगे आ। सही गल है सही गल। गर्मी हट जानी है बारिश होने लग पैनी है वधिया मौसम हो जाना। सही गल है जी। ਰੁੱਖ ਤਾਂ ਜੇ ਲਾਉਂਦੇ ਆ ਹੁਣ ਉੱਥੇ ਅੱਧੇ ਧਾਗਾਂ ਨਾਲ ਜਲ ਦਿੰਦੇ ਆ। ਪਾਣੀ ਪਾਣ ਵਾਲੇ ਵੀ ਹੈ ਨਾ ਕੋਈ ਲਾਗ ਚਲੇ ਜਾਂਦੇ ਆ। ਨਹੀਂ ਪਰ ਆਪਣੇ ਉਹ ਪਠਲਾਵੇ ਤੋਂ ਲੈ ਕੇ ਦੇਖੋ ਜਿਹੜੀ ਉਹ ਬੇਈ ਤੱਕ ਕਿੱਥੇ ਤੱਕ ਉਹਨਾਂ ਨੇ ਕੇਅਰ ਕੀਤੀ ਆ। ਸੰਤਾਂ ਨੇ ਜਿਹੜੀ ਕੀਤੀ ਆ ਉਹ ਹੋਏ ਹੋਏ ਹੀ ਆ ਸਾਰੇ ਦਰਖਤ ਉਹ ਹਨਾ ਉਹ ਸਾਰੇ ਦਰਖਤ ਹੋਈ ਆ। ਮਤਲਬ ਮੈਂ ਰਾਤ ਨੂੰ 9 ਵਜੇ ਇੱਕ ਵਾਰੀ ਦੇਖਿਆ ਸੀ ਉਹ ਪਠਲਾਵੇ ਤੋਂ ਇੱਕ ਬੰਦਾ ਇਹ ਬਾਲਟੀ ਭਰ ਕੇ ਝੋਨੇ ਚੋਂ ਬਾਲਟੀ ਭਰ ਭਰ ਕੇ ਚਾਹੀ ਉਹਦੇ ਵਿੱਚ ਪਾਉਂਦਾ ਸੀ। ਅੱਛਾ ਝੋਨਾ ਨੀ ਲਾਇਆ ਸਾਈਡ ਤੋਂ ਪਾਣੀ ਤਾਂ ਹੈ ਨੀ ਸੀ ਝੋਨੇ ਚੋਂ ਬਾਲਟੀ ਭਰ ਭਰ ਕੇ ਉਹ ਦਰਖਤਾਂ ਨੂੰ ਪਾਉਂਦਾ ਸੀਗਾ। ਸਿਆਣਾ ਨਾਲੇ ਉਹ 60 ਸਾਲ ਦਾ ਹੋਊਗਾ ਬਜ਼ੁਰਗ। ਪਾਣੀ ਤਾਂ ਪਾ ਸਕਦੇ ਆ ਪਰ ਮੇਨ ਤਾਂ ਇਹ ਹੈ ਨਾ ਵੀ ਲੋਕੀ ਹਟਦੇ ਨੀ ਆ ਲੋਕੀ ਜਾਲ ਜੂਲ ਦਿੰਦੇ ਹੁਣ ਦਰਖਤ ਜਿੰਨੇ ਵੀ ਹੈਗੇ ਹੁਣ ਥੋੜਾ ਕਦੇ ਬੱਕਰੀਆਂ ਵਾਲਾ ਆ ਗਿਆ ਕਦੇ ਮੱਝਾਂ ਵਾਲੇ ਆ ਗਏ ਥੋੜੇ ਥੋੜੀ ਦੂਜੀ ਲਾਈ ਉਹਨਾਂ ਨੇ ਥੋੜੀਆਂ ਅੱਗਾਂ ਲਾਈਆਂ। ਮੈਂ ਦੇਖਦਾ ਸੀਗਾ ਕਿਸੇ ਨੇ ਏਦਾਂ ਨਾ ਸ਼ੀਸ਼ਾ ਲਾ ਕੇ ਨਾ ਪੜ੍ਹਨੇ ਵਾਲਾ ਉਹ ਥੱਲੇ ਕਾਗਜ਼ ਰੱਖ ਕੇ ਸੂਰਜਾ ਨੂੰ ਲਾ ਕੇ ਸਟੈਂਡ ਜਿਹਾ ਬਣਾ ਕੇ ਰੱਖਿਆ ਸੀਗਾ ਕਾਗਜ਼ ਨੂੰ ਅੱਗ ਪੈ ਜਾਂਦੀ ਸੀ ਐਨਕ ਵਾਲਾ ਸ਼ੀਸ਼ੇ ਲਾ ਕੇ ਏਦਾਂ ਕਾਗਜ਼ ਨੂੰ ਅੱਗ ਪੈ ਜਾਂਦੀ ਹੁੰਦੀ ਸੀ ਉਹ ਚੀਜ਼ ਕਰਨ ਲਈ।